ਆਓ ਬੱਚਿਓ ਕਹਾਣੀ ਪੜ੍ਹਦੇ ਹਾਂ, ਕੱਛੂ ਅਤੇ ਖਰਗੋਸ਼। ਇੱਕ ਜੰਗਲ ਵਿੱਚ ਦੋ ਦੋਸਤ ਸਨ, ਕੱਛੂ ਅਤੇ ਖਰਗੋਸ਼। ਉਹਨਾਂ ਦੀ ਦੋਸਤੀ ਬਹੁਤ ਗੂੜ੍ਹੀ ਸੀ। ਦੋਨੋਂ ਆਪਸ ਵਿੱਚ ਮਿਲ ਕੇ ਬਹੁਤ ਖੇਡਦੇ ਸਨ। ਖਰਗੋਸ਼ ਦੇ ਮਨ ਵਿੱਚ ਇੱਕ ਗੱਲ ਆਈ। ਉਸ ਨੇ ਗੱਲ ਕੱਛੂ ਨੂੰ ਦੱਸੀ। ਕੱਛੂ ਨੇ ਹਾਂ ਵਿੱਚ ਹਾਂ ਮਿਲਾ ਦਿੱਤੀ। ਫਿਰ ਦੋਵਾਂ ਨੇ ਦੌੜ ਲਗਾਈ। ਭੱਜਦਿਆਂ ਭੱਜਦਿਆਂ ਰਸਤੇ ਵਿੱਚ ਖਰਗੋਸ਼ ਸੌਂ ਗਿਆ ਅਤੇ ਕੱਛੂ ਅੱਗੇ ਨਿਕਲ ਗਿਆ। ਅੱਗੇ ਕੱਛੂ ਨੂੰ ਸ਼ੇਰ ਮਿਲ ਗਿਆ। ਕੱਛੂ ਡਰ ਗਿਆ। ਇੰਨੇ ਵਿੱਚ ਖਰਗੋਸ਼ ਜਾਗ ਪਿਆ। ਉਹ ਦੋਸਤ ਨੂੰ ਲੱਭਣ ਲਈ ਭੱਜਿਆ। ਸ਼ੇਰ ਨੂੰ ਦੇਖ ਕੇ ਉਸ ਨੂੰ ਸਾਰੀ ਗੱਲ ਸਮਝ ਆ ਗਈ। ਖਰਗੋਸ਼ ਨੇ ਛਾਲ ਮਾਰੀ। ਕੱਛੂ ਖਰਗੋਸ਼ ਦੀ ਪਿੱਠ 'ਤੇ ਚੜ ਗਿਆ। ਖਰਗੋਸ਼ ਨੇ ਭੱਜ ਕੇ ਉਸ ਦੀ ਜਾਨ ਬਚਾ ਲਈ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।